पुत हुण हूंज ला थां हूंज के तू मेरे ती जरा साह ला ते मैं हुण जेड़े मशीन च कपड़े पए आ रात दा उदा ही पानी पिया विच वह भी नहीं कढ़िया की हुण इहनू कुड़ी नू मैं आखना बलजीत नू काम करन नू अद्धा काम कर दी ते अद्धा ये काम खराब कर दी आ। मम्मी अज की गल है भाभी नू अज कल उठण लई लम्मी पई है जेवे भाभी अज की गल है ते रोज दा ही विहार आ पुत अज कहिंदी मेरा सिर दुखदा वा हुण मैनू हुण की पता दुखदा वा कि नहीं दुखदा कोई पत्थरी होवे कोई कुछ होवे ते पता लग जे भी स्कैन कराई पत्थरी आई आ ते सिर पीड़ दा की पता लगदा हुंदी वी आ कि नहीं हुंदी। अज सिर पीड़ दा कहण डे अज सिर पीड़ दा बहाना मारता ए चंगी ड्रामेबाज अहीं विआह के लैण दी आ इहदा सिर पीड़ हुंदी उदां ते इदां इहदा मूंह सिर रंगण नूं नहीं इहनूं कुछ वी हुंदा ਉਦਾਂ ਮੰਮੀ ਵੇ ਭਾਬੀ ਦਾ ਵੀ ਕੁਛ ਹਾਲ ਨਹੀਂ ਵੇਲਾ ਰੋਜ਼ ਫੋਨਾਂ ਕੋ ਕਹਿ ਕੇ ਤੇ ਕੰਮ ਸਾਰਾ ਸਾਡੇ ਮਾਵਾਂ ਧੀਆਂ ਕੋ ਕਰਾ ਲੈਂਦੀ ਓ ਕਿੱਡੀ ਚਲਾਕ ਵਾਦਾ ਏ ਹਨਾ ਜਦੋਂ ਉਹਨੂੰ ਕੰਮ ਕਰਕੇ ਵੇਲੇ ਹੋਈਦਾ ਉਦੋਂ ਨੂੰ ਵੇਖੀ ਨਹੀਂ ਹੌਲੀ ਜੀ ਬਾਹਰ ਆਣ ਕੇ ਜਾ ਦੇਣਾ ਸੁੱਖ ਚਾਹ ਦਾ ਕੱਪ ਬਣਾ ਲਿਆ ਮੇਰਾ ਤਾਂ ਸਿਰ ਜ਼ਿਆਦਾ ਹੀ ਦੁਖੀ ਜਾਣ ਰਿਹਾ ਹਟ ਜੂ ਚਾਹ ਪੀਤੇ ਆ ਸੁੱਖ ਕਿੰਨੀਆਂ ਸਾਨੂੰ ਰੀਝਾਂ ਹੀ ਹਨਾ ਤੇਰਾ ਵੀਰ ਵਿਆਹਾਂਗੇ ਨੌ ਰਾਣੀ ਆਊਗੀ ਇਦਾਂ ਕਰਾਂਗੇ ਇਦਾਂ ਕਰਿਆ ਕਰਾਂਗੇ ਤੂੰ ਵੀ ਕਿੰਨੇ ਚਾਹ ਕਰਦੀ ਨਹੀਂ ਭਾਬੀ ਨਾ ਮੈਂ ਇਦਾਂ ਕਰਿਆ ਕਰਨਾ ਇਦਾਂ ਕਰਿਆ ਕਰਨਾ ਵਾ ਸਾਡਾ ਤਾਂ ਕੋਈ ਕੰਮ ਨਹੀਂ ਸੂਤਰ ਆਇਆ ਚਾਹ ਤੇ ਮੰਮੀ ਹੁਣ ਵੀ ਬਥੇਰਾ ਵਾ ਭਾਬੀ ਦਾ ਤੂੰ ਭਾਬੀ ਲਾਗੂ ਨਾਲ ਮੇਰੇ ਹੈਲਪ ਹੀ ਨਹੀਂ ਕਰਨ ਦੀ ਕੰਮ ਦੇ ਤੇ ਕੀ ਬੰਦਾ ਕਰੇ ਤੇ ਫਿਰ ਕੀ ਨਾ ਕਰੇ ਹੁਣ ਜੇ ਆਪਾਂ ਮੁੰਡੇ ਨੂੰ ਵੀ ਦੱਸੀਏ ਤੇ ਫਿਰ ਉਹਨੂੰ ਗੁੱਸੇ ਹੋਊਗਾ ਤੇ ਉਹਨੇ ਕਹਿਣਾ ਮਾ ਤੇ ਮੈਨੂੰ ਗੁੱਸੇ ਗਾਲਾਂ ਫਰਾਤੀਆਂ ਮੈਨੂੰ ਕਟਾਤਾ ਤੇ ਸਾਡੀ ਸੋਨੀ ਹੈ ਤੇ ਭਾਬੀ ਦੀ ਸੋਨੀ ਤਾਂ ਪਤਾ ਤੇ ਹੈਗਾ ਅੱਗੇ ਵੀ ਬੜਾ ਔਖਾ ਕੰਮ ਹੋਣਾ ਵਾ ਇਦਾਂ ਤੇ ਤੁਸੀਂ ਕਹੋ ਨਾ ਵੀ ਵੀਰ ਅੱਗੇ ਸਾਡੀ ਸੁਣਦਾ ਵਾ ਦੱਸਣ ਦਾ ਵੀ ਤਾਂ ਬੰਦੇ ਨੂੰ ਫਾਇਦਾ ਹੁੰਦਾ ਵੀਰ ਨੂੰ ਵੀ ਜੇ ਸਾਡੀ ਉਹਨੇ ਮੰਨ ਲੈਣੀ ਆ महीने काम देना लाया पी चल अच्छा नवी समी आई आ अपने घरों काम कर दी आई दूजे घर का भेत नहीं हुंदा कई बार है ना आप चा किया चा साडे उत्तों दी पै गया वा ਉਦੋਂ ਮੰਮੀ ਤੁਸੀਂ ਵੀ ਭੂਵੇ ਚੜਾ ਲਈ ਨਾ ਫਿਰ ਵੀ ਹੁਣ ਕੀ ਕਰਨਾ ਸਾਰੀ ਉਮਰ ਕੰਮ ਹੀ ਕਰਨੇ ਕੁਛ ਨਹੀਂ ਹੁੰਦਾ ਆਪਾਂ ਨਹੀਂ ਚਾਹ ਕਰਨੇ ਤੇ ਕਿੰਨੇ ਕਰਨੇ ਆ ਤੁਸੀਂ ਜਦੋਂ ਕਿਹਾ ਮੇਰਾ ਕੱਲਾ ਕੱਲਾ ਪੁੱਤ ਵਾ ਤੇ ਕੱਲੀ ਕੱਲੀ ਨੂੰਹ ਆਈ ਹੈ ਤੇ ਆਪਾਂ ਸਾਰੇ ਚਾਹ ਕਰਨੇ ਉਦਾਂ ਮੰਮੀ ਵੇਹੇ ਭਾਬੀ ਜਿਹੜੀ ਚੀਜ਼ ਮੂੰਹ ਜੋ ਕੱਢਦੀ ਉਸੇ ਟਾਈਮ ਇਹਨੂੰ ਤੁਸੀਂ ਲਿਆ ਕੇ ਦਿੰਦੇ ਹੋਰ ਕੀ ਹੁੰਦਾ ਇਸ ਤੋਂ ਵੱਧ ਪਰ ਮੈਂ ਹੁਣ ਇਹ ਕਹਿੰਦੀ ਵੀ ਮੇਥੋਂ ਗਲਤੀ ਹੋ ਗਈ ਆ ਜਿੱਦਾਂ ਵਿਆਹੀ ਆਈ ਸੀ ਨਾ ਇੱਕ ਦਿਨ ਇਹਨੂੰ ਰੱਖ ਦੇ ਭਾਲ ਦੇ ਤੇ ਮੁੜ ਕੇ ਇਹਨੂੰ ਉਸੇ ਵੇਲੇ ਕੰਮ ਧੰਦੇ ਲਾਉਂਦੇ ਤੇ ਇਹਨੂੰ ਪਤਾ ਹੁੰਦਾ ਵੀ ਕੰਮ ਕਿੱਦਾਂ ਕਰਨਾ ਸਾਡੀ ਗਲਤੀ ਹੋਈ ਸਾਰੀ ਹੁਣ ਚਲੋ ਕਰ ਲੋ ਤੁਸੀਂ ਲੈ ਪੀ ਐਵੇਂ ਕੁੜਕੁੜ ਲਾਈ ਆ ਅੱਜ ਕਿਹੜੀ ਨਵੀਂ ਗੱਲ ਵਾ ਰੋਜ਼ ਹੀ ਕੰਮ ਇਹਨਾਂ ਨੂੰ ਕਰਨਾ ਪੈਂਦਾ ਵਾ ਤੇ ਅੱਜ ਕਰ ਲੈਣਗੀਆਂ ਤੇ ਫਿਰ ਕੀ ਆ ਭਾਵੇਂ ਰੋ ਕੇ ਕਰੋ ਤੇ ਭਾਵੇਂ ਹੱਸ ਕੇ ਕਰੋ ਕਰਨਾ ਤੇ ਪੈਣਾ ਹੀ ਆ ਇੱਕ ਤੇ ਆ ਮੇਰੇ ਸਿਰ ਪੀੜ ਨੇ ਸੱਚੀ ਜਾਨ ਹੀ ਖਾ ਲਈ ਆ ਅੱਜ ਤੇ ਸਿਰ ਪੀੜ ਦਾ ਬਹਾਨਾ ਲਾ ਲਿਆ ਕੱਲ੍ਹ ਕਾਹਦਾ ਲਾਊਂਗੀ ਬਹਾਨੇ ਤੇ ਉਹ ਹੀ ਲਾਉਣੇ ਆ ਜਿਹੜੇ ਐਕਸਰੇ 'ਚ ਨਾ ਆਉਣ ना कोई गल करने वाला बने मैं फिर रघबीर मैनू रोज दवाइया लिया दिंदा वा भी मैं ठीक हो जा ओनू बेचारे नू इन्ना कित्थे पता भी मैं तो ठीक ठाक है तंदुरुस्त वा बिलकुल फिट फाट वा हुण जिहड़ियां इन्निया दवाइया वा मंजे थले सुट्टियां वा ओह हुण किते ना गांह पछां होणगियां ते फिर सुट के आऊंगी ओदां नहीं गल बननी ओदां कहिंदी मैं बड़ा थां हूंजदी आ जे थां हूंजदी होवे चंगी तरह ते आ मंजे थल्लों दवाइया ना कढे कदे नहीं चजना झाड़ू मारिया विथा खुंजा तो बंदा मारे चजना काम करन पई हो रमान ना मना तू तो सौ हाँ कल बारे सोच कल की बहाना लभना है शादे तो गए पक तो हुण की करा भी दाल भी गर्म हो गई हुण आउण ते प्रशादे खान सुख सुख पुत आ जा फिर तुम ही हुण खा ला रोटी नहीं आ नौ राणी चजदी होवे ते सानू की लोड़ा चौंकण दे विच भुड़का भुड़की करन दी जे इहो ही कम करना ते फिर मैं 2 साल जे होर हट के ब्याह लैंदी के मैनू एडी फिर काहदी काली पई आप दे आखी दा भी सुख हो जूगा ते चल मेरे भाई कम कर लिया करूगी टाइम नाल सुख दे नाल ते मैं चल किते वांडे चल गई किते कदी किसे दे घर चल गई कदी किते चल गई पर कित्थों ਸੋਖ ਲਖਾਇਆ ਹੀ ਨਹੀਂ ਕਰਮਾਂ ਚ ਤੇ ਗੱਲ ਕਾਦੀ ਆ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਂਗਾ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਂਗਾ ਤੇ ਦਿੰਦਰਪਾਲ ਬੜੇ ਸ਼ਬਦ ਬੋਲਣ ਰਹੇ ਅੱਜ ਉਦਾਂ ਮੈਂ ਉੱਥੋਂ ਬੋਲਦਾ ਰਿਹਾ ਹੁੰਦਾ ਮਨ ਕੇ ਮਨ ਨੂੰ ਰੀਝ ਜੀ ਆਈ ਇੱਕ
ਤੇ ਮੈਂ ਕਿਹਾ ਜ਼ਿੰਦਗੀ ਦੇ ਗੁਰੂ ਦਾ ਨਾਮ ਵੀ ਲੈਣਾ ਚਾਹੀਦਾ ਕਿ ਲੈਣਾ ਤਾਂ ਚਾਹੀਦਾ ਸਵੇਰੇ ਸਵੇਰੇ ਕੰਮ ਲੈਣਾ ਤੇ ਚਾਹੀਦਾ ਨਹੀਂ ਵਾ, ਹੁੰਦੇ ਦੇ ਪਰ ਇਹ ਆ ਵੀ ਜਦੋਂ ਮਰਜ਼ੀ ਮਹਾਰਾਜ ਦਾ ਨਾਮ ਲੈ ਲਓ ਉਹ ਤਾਂ ਕੋਈ ਗੱਲ ਨਹੀਂ, 24 ਘੰਟੇ ਨਾਲ ਵਾ ਕਿ ਜਦੋਂ ਮਰਜ਼ੀ ਲਈ ਜਾਓ ਲਈ ਜਾਓ, ਕੰਮ ਨਹੀਂ ਮੁੱਕਦੇ ਬੰਦਾ ਮੁੱਕ ਜਾਂਦਾ, ਪ੍ਰਸ਼ਾਦੇ ਪੱਕੇ ਆ। ਅੱਛਾ ਤੇ ਛਕੋ ਤੇ ਬਲਜੀਤ ਦਿਖ ਨਹੀਂ ਕਿਤੇ, ਉਹ ਮਹਾਰਾਣੀ ਅਜੇ ਰੈਸਟ ਤੇ ਹੀ ਆ। ਮਹਾਰਾਣੀ ਰਹਿ ਕੇ ਕਿਉਂ ਕੀ ਹੋਇਆ ਵਾ? ਆਂਦੀ ਮੇਰੇ ਸਿਰ ਪੀੜ ਹੁੰਦੀ ਆ ਰੋਜ਼ ਦਿਹਾੜੀ ਦਾ, ਮੈਂ ਦੱਸਦੀ ਆ ਵੀ ਕਦੀ ਕੋਈ ਬਹਾਨਾ ਕਦੀ ਕੋਈ ਬਹਾਨਾ, ਤੇ ਅੱਜ ਇਹਦੇ ਸਿਰ ਪੀੜ ਹੋਣ ਡੈ ਪਈ ਆ। ਹੁਣ ਮੈਨੂੰ ਨਹੀਂ ਪਤਾ ਵੀ ਹੁੰਦੀ ਵੀ ਆ ਕਿ ਨਹੀਂ ਹੁੰਦੀ। ਸੁਣੋ ਮੇਰੀ ਗੱਲ ਨਾ, ਜਾਂ ਕਿਸੇ ਡਾਕਟਰ ਨੂੰ ਦਿਖਾਓ ਚੰਗੇ ਨੂੰ। ਆਹੋ ਹੁਣ ਏਦਾਂ ਹੀ ਦਵਾਈਆਂ ਖਾਈ ਜਾਂਦੇ, ਕਦੀ ਕੋ ਹੋ ਗਿਆ ਕਦੀ ਕੋ ਹੋ ਗਿਆ, ਤੇ ਏਦਾਂ ਦਵਾਈ ਖਾਣ ਦਾ ਫਾਇਦਾ ਕੋਈ ਨਹੀਂ ਗਾ। ਇਹ ਨਾ ਵੇਖੇ ਨਿਗਾਹ ਦੂਗਾ ਦੀ ਤੇ ਨਹੀਂ ਕੋਈ ਚੱਕਰ। ਰਘਬੀਰ ਆਉਂਦਾ ਫਿਰ ਮੈਂ ਕਰਦੀ ਗੱਲ, ਫਿਰ ਪੁੱਛ ਲੈਨੇ ਸਲਾਹ ਕਰਕੇ, ਜਿੱਥੇ ਆਖੋ ਉੱਥੇ ਵਿਖਾੜ ਲਏ ਹੁੰਦੇ। ਆਹ ਨਹੀਂ ਨਹੀਂ ਡਾਕਟਰ ਨੂੰ ਦਿਖਾਓ, ਫਿਰ ਏਦਾਂ ਪਿਆ ਬੰਦਾ ਵੀ ਚੰਗਾ ਨਹੀਂ ਗਾ ਲੱਗਦਾ। ਆਂਢ ਗੁਆਂਢ ਕੀ ਆਖੂ ਸਾਡਾ, ਆਂਢ ਗੁਆਂਢ ਨਾਲੇ ਆਪ ਤੁਹਾਡੇ ਸਾਹਮਣੇ ਕਿੰਨੀਆਂ ਰੀਝਾਂ ਕੀ ਕੁਛ ਸੋਚਦੇ ਹਾਂ, ਤੇ ਗਾੜੀ ਆਡਾ ਤੇ ਕੰਮ ਸੂਤਰ ਆਇਆ ਹੀ ਨਹੀਂ। ਮਨ ਦੇ ਵਿੱਚ ਰੀਝਾਂ ਆਉਂਦੀਆਂ ਹੀ ਆ। ਆਹੋ ਵੀ ਏਦਾਂ ਕਰਾਂਗੇ ਏਦਾਂ ਕਰਾਂਗੇ, ਸਾਡੀ ਨੌ ਰਾਣੀ ਤੁਸੀਂ ਆਨੇ ਨਹੀਂ, ਪਾਣੀ ਦਾ ਗਲਾਸ ਖਲੋਤੀ ਲੈ ਕੇ ਖਲੋਤੀ ਹੋਵੇ ਸਾਡੇ ਆਉਂਦਿਆਂ ਜਦੋਂ ਅਸੀਂ ਆਇਆ ਕਰਨਾ। ਮਨ ਚ ਇਹੋ ਰੀਝ ਹੀ ਸਾਡੀ, ਰੀਝ ਹੀ ਨਾ। ਤੇ ਹੁਣ ਇਹ ਆ ਵੀ ਤੁਸੀਂ ਅਸੀਂ ਆਏ ਆ ਤੇ ਆਪਾਂ ਨੌ ਰਾਣੀ ਨੂੰ ਦਈਏ ਪਾਣੀ, ਵੀ ਭੈਣ ਜੀ ਉੱਠੋ ਪਾਣੀ ਪੀ ਲਓ ਦਵਾਈ ਖਾ ਲਓ, ਕੀ ਗੱਲ ਫਰਕ ਪਿਆ ਕਿ ਨਹੀਂ ਪਿਆ ਤੁਹਾਨੂੰ ਕੋ। ਮੈਂ ਤੇ ਨਾਲੇ ਇਹ ਵੀ ਕਹਿੰਦਾ ਨਹੀਂ ਕਿ ਅਸੀਂ ਦੋਵੇਂ ਜੀ ਨਾਲੇ ਲਸਣ ਛਿਲਦੇ ਹੋਈਏ ਪਿਆਜ਼ ਚੀਰਦੇ ਹੋਈਏ ਤੇ ਨੌ ਰਾਣੀ ਸਾਡੀ ਚੌਂਕੇ 'ਚ ਕੰਮ ਕਰਦੀ ਹੋਊਗੀ ਤੇ ਕਿੰਨਾ ਸੋਹਣਾ ਲੱਗਣਾ, ਬੜਾ ਸੋਹਣਾ ਲੱਗਣਾ ਵੇਖੋ ਜਾ। ਨਹੀਂ ਕੋਈ ਨਹੀਂ ਲੱਗਣਾ, ਕੋਈ ਨਹੀਂ ਜੇ ਨਹੀਂ ਠੀਕ ਤੇ ਨਹੀਂ ਸਹੀ। ਚਲੋ ਆ ਕੋਈ ਨਹੀਂ, ਚੱਲ ਠਾ ਲੈਣਾ ਸੀ ਤੂੰ ਠਾਲ ਉਹਨੂੰ। ਚੰਗਾ ਪੁੱਤ ਮੇਰਾ ਡਿਆ ਸੂਟ ਸੀਣ। ਹਾਂਜੀ ਡੈਡੀ ਜੀ। ਅੱਛਾ ਅੱਛਾ, ਕਿਹਦਾ ਵਾ, ਆਪਣਾ ਵਾ ਤੇਰਾ ਕਿ ਜਾਂ ਮੰਮੀ ਦਾ ਵਾ? ਨਹੀਂ ਇਹ ਤੇ ਭਾਬੀ ਦਾ ਆ। ਬਲਜੀਤ ਦਾ ਵਾ? ਹਾਂਜੀ। ਚੱਲ ਚੰਗਾ ਪੁੱਤ, ਇਹ ਆ ਵੀ ਤੂੰ ਕੰਮ ਸਿੱਖਿਆ ਹੀ ਹੋ ਤੇ ਵਧੀਆ ਵਾ ਪੁੱਤ, ਗਾੜੀ ਇਹ ਹੈ ਵੀ ਅਗਲੇ ਘਰ ਜਾ ਕੇ ਕੰਮ ਤੇ ਕਰ ਲੇਗੀ। ਹਾਂਜੀ ਬਸ ਆ, ਮੈਂ ਨਾਲ ਤਰਪਾਈ ਕਰ ਲਾਂ ਗੱਲ ਨੂੰ ਤੇ ਫੇਰ ਅੱਗੇ ਸੀਨੀ ਆ। ਰੋਟੀ ਖਾ ਲਈ ਆ? ਮੰਮੀ ਮੈਨੂੰ ਦਏ ਤੇ ਹੈਗੇ ਇਹ ਡੈਡ ਜੀ ਆਵਾਜ਼ਾਂ ਦੇਣ, ਤੇ ਮੈਂ ਫਿਰ ਆਵਾਜ਼ ਨਹੀਂ ਦਿੱਤੀ ਕਿਉਂਕਿ ਮੈਂ ਮੰਮੀ ਨੇ ਹੁਣੇ ਕਹਿਣਾ ਵੀ ਖਾਓ ਰੋਟੀ, ਤੇ ਫਿਰ ਮੇਰੇ ਸੂਟ ਵਿੱਚ ਰਹਿ ਜਾਣਾ, ਮੈਂ ਤਰਪਾਈ ਗੱਲ ਨੂੰ ਮਾਰ ਕੇ ਨਾ ਤੇ ਫੇਰ ਹੀ ਉੱਠਦੀ ਆ। ਪੁੱਤ ਗਰਮ ਗਰਮ ਲਾਈਆਂ ਸੀ ਤੇ ਹੁਣ ਬਹਿ ਕੇ ਖਾ ਲੈਂਦੀ ਪਈ ਤੇ ਮੁੜ ਕੇ ਕੰਮ ਤੇ ਭਾਵੇਂ ਲੱਗੀ ਰਹਿੰਦੀ। ਬਸ ਡੈਡ ਜੀ ਥੋੜਾ ਜਿਹਾ ਟਾਈਮ ਲੱਗਣਾ, ਮੈਂ ਗੱਲ ਨੂੰ ਤਰਪਾਈ ਮਾਰ ਲਾਂ ਤੇ ਫੇਰ ਖਾ ਲੈਣੀ, ਕੋਈ ਗੱਲ ਨਹੀਂ ਰੋਟੀ। ਅੱਛਾ ਤੁਸੀਂ ਖਾ ਲਓ। ਮੈਂ ਖਾ ਲਈ ਨਾ, ਮੰਮੀ ਤੇਰੀ ਆਖਣ ਦੀ ਬਲਜੀਤ ਠੀਕ ਨਹੀਂਗੀ। ਹਾਂਜੀ ਡੈਡ ਜੀ ਭਾਬੀ ਦੇ ਸਿਰ ਦਰਦ ਹੋਣ ਡਈ ਆ। ਮੈਂ ਆਖਣ ਡਿਆ ਉਹਨੂੰ, ਮੰਮੀ ਨੂੰ ਦੱਸਿਆ ਮੈਂ ਕਿਹਾ ਉਹਨੂੰ ਵਿਖਾ ਲਓ ਕਿਤੇ ਪੁੱਤ। ਡੈਡ ਜੀ ਕੀ ਕੀ ਵਿਖਾ ਲਾਂਗੇ, ਰੋਜ਼ ਦੇ ਭਾਬੀ ਦਾ ਹੁੰਦਾ ਕੋਈ ਨਾ ਕੋਈ ਬਹਾਨਾ, ਜਾਂ ਟੈਸਟ ਕਰਾ ਲੈਣਾ। ਇਸ ਸਿਰ ਦਾ ਕੀ ਕਰਾਉਣਾ ਜੇ? ਮੈਂ ਕਿਹਾ ਅੱਖਾਂ ਵਾਲੇ ਡਾਕਟਰ ਨੂੰ ਦਿਖਾ ਲਓ ਵੀ ਇਹਦੀ ਨਿਗਾਹ ਦਾ ਤਾਂ ਨਾ ਹੋਵੇਗਾ। ਕਹਿਣ ਦੀ ਲੋੜ ਹੀ ਨਹੀਂ ਡੈਡੀ ਜੀ, ਉਹਨਾਂ ਨੇ ਵੀਰ ਨੂੰ ਆਏ ਨੂੰ ਆਪੇ ਕਹਿ ਦੇਣਾ, ਵੀਰ ਨੇ ਆਪੇ ਲੈ ਜਾਣਾ, ਤੁਸੀਂ ਕਹਿਣ ਦੀ ਲੋੜ ਹੀ ਨਹੀਂ, ਸਾਡੇ ਕਹਿਣ ਤੋਂ ਪਹਿਲਾਂ ਵੀਰ ਨੇ ਭਾਬੀ ਲੈ ਕੇ ਤੁਰ ਪੈਣਾ ਵਾ। ਨਹੀਂ ਪੁੱਤ ਇਦਾਂ ਪਤੀ ਪੁੱਤ ਮੰਜੇ ਤੇ ਪਿਆ ਵੀ ਬੁਰਾ ਲੱਗਦਾ, ਚੰਗਾ ਨਹੀਂ ਲੱਗਦਾ, ਕੰਮ ਕਰਦੇ ਆ ਸੋਹਣੇ ਲੱਗੀਦਾ ਪੁੱਤ। ਉਹ ਮੰਜੇ ਤੇ ਪਏ ਡੈਡੀ, ਉਹਨਾਂ ਦਾ ਦਿਲ ਵਾ, ਉਹਨਾਂ ਨੂੰ ਉਹੀ ਪਸੰਦ ਵਾ, ਤੇ ਕੀ ਕਰਨਾ ਫਿਰ, ਨਹੀਂ ਉੱਠਦੇ ਤੇ ਤੁਸੀਂ ਕਹਿ ਕੇ ਵੇਖ ਲਓ, ਸ਼ਾਇਦ ਤੁਹਾਡੀ ਸੁਣਨ, ਤੁਸੀਂ ਪੁੱਛ ਲਓ ਕਿੰਨੀ ਕੁ ਸਿਰ ਦਰਦ ਹੋਣ ਡਈ ਹੈ, ਜੇ ਦਵਾਈ ਦੀ ਲੋੜ ਤੁਸੀਂ ਲਿਆ ਦਿਓ। ਹੁਣ ਤਾਂ ਮੈਨੂੰ ਲੱਗਦਾ ਲੰਮੀ ਪਈ ਆ, ਆਵਾਜ਼ ਵੀ ਤੇ ਕੋਈ ਦੇਣ ਨਹੀਂ ਦਈ ਉਹ ਤੇ ਲੰਮੇ ਹੀ ਪਏ ਹੁੰਦੇ ਅੱਗੇ ਵੀ ਰੋਜ਼ ਕਰਦੇ। ਨਹੀਂ ਮੈਂ ਵੀ ਸ਼ਾਇਦ ਕੋਈ ਆਵਾਜ਼ ਤੇ ਆਉਂਦੀ ਨਹੀਂ ਵੀ ਹਾਏ ਮੇਰੇ ਪੀੜ ਹੋਣ ਡਈ ਜਾਂ ਕੁਝ ਵੀ, ਵਾਜਾਂ ਘੱਟ ਹੀ ਦਿੰਦੇ ਹੁੰਦੇ ਉਹ ਹਾਏ ਪੀੜ ਦੀਆਂ। ਚਲ ਮੈਂ ਪੁੱਛ ਲਾਂ ਫਿਰ। ਚਲ ਕੋਈ ਨਹੀਂ ਮੈਂ ਵੇਖਦਾ ਭਲਾ। ਪੁੱਛ ਲਓ ਤੁਸੀਂ, ਮੈਂ ਤਰਪਾਈ ਕਰਨਾ। ਵੇਲਾ ਸਾਡੀ ਮੰਮੀ ਦੇ ਕੰਮ, ਸੁੱਖ ਨੂੰ ਆਵਾਜ਼ਾਂ ਮਾਰੀ ਜਾਂਦੀ ਆ, ਆਣ ਕੇ ਰੋਟੀ ਖਾ ਲਾ, ਇੱਕ ਵਾਰੀ ਕਿਤੇ ਆਵਾਜ਼ ਨਹੀਂ ਮਾਰੀ ਹੈਗੀ। ਚੱਲ ਮਨਾ ਆਪ ਹੀ ਰੋਟੀ ਖਾ ਆ, ਇੱਥੇ ਸਾਰੇ ਕੰਮ ਦੇ ਯਾਰ ਵਾ, ਨਾ ਕੰਮ ਕਰੋ ਤਾਂ ਕੋਈ ਰੋਟੀ ਵੀ ਨਹੀਂ ਪੁੱਛਦਾ, ਜ਼ਰੂਰ ਚੱਕਰ ਚੁੱਕਰ ਖਾ ਕੇ ਡਿੱਗਣਾ ਹੀ ਹੋ। ਬਲਜੀਤ। ਹਾਂਜੀ ਡੈਡੀ। ਉਹ ਤਾਂ ਕੀ ਗੱਲ, ਠੀਕ ਨਹੀਂ ਜੀ? ਡੈਡੀ ਮੈਂ ਤਾਂ ਠੀਕ ਠਾਕ ਹਾਂ ਬਿਲਕੁਲ। ਮੰਮੀ ਤੇਰੀ ਆਖਣ ਡਈ ਸਿਰ ਪੀੜ ਹੋਣ ਡਈ ਆ। ਹਾਂ ਡੈਡੀ ਸਿਰ ਤੇ ਦੁਖਣ ਡਿਆ ਵਾ। ਹਾਂ ਮੈਂ ਜਾਂ ਰੋਟੀ ਖਾ ਲੈਨੀ ਆ, ਜ਼ਰੂਰ ਚੱਕਰ ਚੁੱਕਰ ਖਾ ਕੇ ਡਿੱਗਣਾ ਵਾ, ਦਵਾਈ ਖਾ ਕੇ ਹਟੀ ਸੀ। ਨਹੀਂ ਰੋਟੀ ਖਾ ਮੇਰਾ ਪੁੱਤ, ਕੋਈ ਨਹੀਂ ਤੇ ਆਉਂਦਾ ਨਾ ਰਘਬੀਰ, ਤੇ ਤੁਸੀਂ ਇਦਾਂ ਕਰੋ ਦਵਾਈ ਦੁਈ ਵੇਖ ਲਓ ਲੈ ਆਓ। ਡੈਡੀ ਇੱਕ ਵਾਰੀ ਤੇ ਦਵਾਈ ਲੈਣਤੀ ਆ, ਕੋਈ ਨਹੀਂ ਮੈਂ ਫੇਰ ਲੈ ਆਉਂਗੀ। ਨਾ ਉਹਦੇ ਟੈਸਟ ਕਰਾ ਲਓ ਪੁੱਤ, ਚੈੱਕ ਕਰਾ ਲਓ। ਠੀਕ ਹੈ ਡੈਡੀ। ਹਾਂ ਵੀ ਸਿਰ ਪੀੜ ਕਿਉਂ ਹੁੰਦੀ ਆ। ਠੀਕ ਹੈ। ਆਹੋ ਸੋਖ ਨੇ ਡੈਡੀ ਰੋਟੀ ਲੈ ਆਵਾਂ ਤੁਹਾਡੇ ਲਈ? ਕੋਈ ਨਹੀਂ ਖਾਂਦੇ ਆ, ਖਾਂਦੇ ਆ। ਖਾ ਲਓ ਗਰਮ ਗਰਮ ਤੁਸੀਂ। ਕੋਈ ਨਹੀਂ ਖਾ ਲਈਨੇ ਬਾਅਦ। ਹਾਂਜੀ ਭੈਣ ਜੀ ਭੁੱਖ ਲੱਗ ਗਈ? ਹਾਂ ਮੰਮੀ ਦੁਖਣ ਤੇ ਸਿਰ ਡਿਆ ਵਾ, ਢਿੱਡ ਨਾਲ ਕਾਹਦਾ ਵੈਰ ਆ, ਮੈਂ ਰੋਟੀ ਖਾ ਹੀ ਲੈਨੀ ਆ। ਨਹੀਂ ਢਿੱਡ ਨਾਲ ਤੇ ਕੋਈ ਵੈਰ ਨਹੀਂ ਗਾ, ਦਵਾਈ ਦੁਈ ਖਾਣੀ ਆ, ਖਾਧੀ ਆ ਦਵਾਈ ਮੈਂ, ਖਾ ਲਈ ਮੰਮੀ, ਮੈਂ ਕਿਤੇ ਚੱਕਰ ਚੁੱਕਰ ਨਾ ਆ ਜਾਣ, ਤਾਂ ਹੀ ਮੈਂ ਰੋਟੀ ਖਾਣ ਲੱਗੀ ਆ ਕਿ। ਤੇ ਪਹਿਲਾਂ ਰੋਟੀ ਖਾ ਲੈਣੀ ਫਿਰ ਦਵਾਈ ਖਾਣੀ ਸੀ ਨਾ? ਓਹੋ ਮੰਮੀ ਮੈਨੂੰ ਪਤਾ ਹੀ ਨਹੀਂ, ਮੈਂ ਚੱਲ ਪਹਿਲਾਂ ਦਵਾਈ ਖਾ ਲਈ, ਛੇਤੀ ਨਾਲ ਸਿਰ ਦੁਖਣਾ ਹਟ ਜੂ, ਫਿਰ ਮੈਂ ਕੰਮ ਕਰ ਲੈਣਾ ਸਾਰਾ ਹੀ।
ਕਿੱਥੇ ਕੋਈ ਨਹੀਂ ਮੰਮੀ? ਤੂੰ ਰੋਟੀ ਖਾ ਕੇ ਤੇ ਰੈਸਟ ਕਰ ਫਿਰ। ਅਰਾ ਦੋ ਦੋ ਰੋਟੀਆਂ ਦੋ ਕੋ ਖਾਣੀਆਂ, ਚਾਰ ਪੰਜ ਖਾ ਕੇ, ਚਾਰੀ ਮਿਰਚ ਲੈ, ਚਾਰ ਲੈ, ਗੰਢਾ ਲੈ, ਜਿੰਨੇ ਮਰਜ਼ੀ ਫੁਲਕੇ ਖਾਓ, ਖਾਣ ਵਾਸਤੇ ਪੁੱਤ ਪਕਾਏ ਆ, ਟਾਈਮ ਨਾਲ ਉੱਠੋ ਤੇ ਟਾਈਮ ਨਾਲ ਖਾਓ ਤੇ ਮੁੜ ਕੇ ਰੈਸਟ ਕਰੋ ਉਸੇ ਵੇਲੇ। ਰੋਟੀ ਖਾ ਕੇ ਮੈਂ ਇਹ ਕੰਮ ਕਰਦੀ ਆ, ਕੰਮ ਇਹਨੇ ਹੁਣ ਕੀ ਕਰਨਾ ਵਾ, ਸਾਰਾ ਕੰਮ ਤੇ ਹੋ ਗਿਆ ਵਾ, ਸੋਵੇਂ ਹੁਣ ਅਰਮਾਨ ਨਾ ਕੇ। ਕੀ ਗੱਲ ਆ? ਗੱਲ ਕੀ ਹੋਣੀ ਆ, ਤੁਹਾਨੂੰ ਸੁਣ ਨਹੀਂ ਡਿਆ ਹੋਣਾ ਥੋੜਾ ਬਹੁਤਾ ਇਥੋਂ ਵੀ। ਜਦੋਂ ਕੁੜੀ ਕੁੜੀ ਠੀਕ ਨਹੀਂ ਤੇ ਉਹਨੂੰ ਤੂੰ ਕੀ ਡੇਈ ਗੱਲਾਂ ਕਰਨਾ? ਕੁੜੀ ਨੂੰ ਕੱਖ ਨਹੀਂ ਗਾ ਹੋਇਆ, ਕੁੜੀ ਨੂੰ ਸਿਰ ਪੀੜ ਹੁੰਦੀ ਤੇ ਗੋਲੀ ਖਾ ਲਈ, ਆਰਾਮ ਆ ਗਿਆ ਤੇ ਰੋਟੀਆਂ ਤਿੰਨ ਚਾਰ ਮੈਨੂੰ ਆਂਦੀ ਦੋ ਰੋਟੀਆਂ ਰਾਤ ਦੇ, ਮੈਂ ਤਿੰਨ ਚਾਰ ਖਾ ਦੋ ਖਾਣੀਆਂ ਤੇ ਕੰਮ ਮੈਂ ਰੋਟੀ ਖਾ ਕੇ ਕਰਦੀ ਬਾਅਦ ਚ। ਚੱਲ ਦਵਿੰਦਰ, ਤੁਸੀਂ ਤਿੰਨ ਜਾਣੀਆਂ ਕੰਮ ਕਰਨ ਵਾਲੀਆਂ, ਅਸੀਂ ਦੋ ਜਾਣੇ ਖਾਣ ਵਾਲੇ, ਮੈਂ ਤੇ ਰਘਵੀਰ, ਉੱਥੇ ਕਿੰਨਾ ਕੁ ਕੰਮ ਕਿਤੇ। ਚੱਲ ਤੂੰ ਕਰ ਲਿਆ, ਸੁੱਖ ਨੇ ਕਰ ਲਿਆ, ਤਾਂ ਵੀ ਕੋਈ ਗੱਲ ਨਹੀਂ। ਤੇ ਫਿਰ ਤੁਸੀਂ ਭੂਏ ਚੜਾਈ ਆ ਅਨਿਕੀਆਂ ਨਿਕੀਆਂ ਗੱਲਾਂ ਤੋਂ। ਦਵਿੰਦਰ, ਬੱਚੇ ਜਿਹੜੇ ਆ ਨਾ ਮਾਪਿਆਂ ਦੇ ਸਿਰ ਤੇ ਹੀ ਐਸ਼ ਲੈਂਦੇ ਜਿੰਨਾ ਚਿਰ ਮਾਪੇ ਜੀਂਦੇ ਆ, ਤੇ ਪਰ ਮਗਰ ਫਿਰ ਇਹਨਾਂ ਕੰਮ ਕਰਨਾ ਹੀ ਕਰਨਾ। ਤੇ ਫਿਰ ਅਸੀਂ ਕਦੋਂ ਬਹਿ ਕੇ ਵੇਖਿਆ, ਅਸੀਂ ਧੀਆਂ ਪੁੱਤਾਂ ਦਾ ਸੁੱਖ ਕਦੋਂ ਵੇਖਿਆ, ਜਦੋਂ ਅਸੀਂ ਫੱਟੇ ਦੇ ਪੈ ਕੇ ਵੇਖਣਾ ਮੁੜ ਕੇ ਸੁੱਖ, ਹੁਣ ਇਹ ਕੰਮ ਕਰਨ ਲੱਗੀਆਂ ਵਾ। ਉਦੋਂ ਸਾਰੀ ਦੁਨੀਆ ਕੰਮ ਕਰਦੀ ਜਦੋਂ ਮਰ ਜਾਈਦਾ, ਉਦੋਂ ਨੂੰਹਾਂ ਧੀਆਂ ਸਾਰੇ ਪਤਾ ਵੀ ਜ਼ਿੰਮੇਵਾਰੀਆਂ ਪੈ ਗਈਆਂ ਵਾ, ਤਾਂ ਸਵਾਲ ਆ ਜਿੱਦਾਂ ਨਵਾਂ ਸਮਾਂ ਧੀ ਪੁੱਤ ਆਇਆ ਵਾ, ਥੋੜਾ ਚਿਰ ਹੋ ਗਿਆ ਇਹਨੂੰ ਸਾਰਾ ਕੰਮ ਜ਼ਿੰਮੇਵਾਰੀ ਚੁੱਕੇ, ਸਗੋਂ ਸੁੱਖ ਨੂੰ ਵੀ ਆਖੇ ਵੀ ਤੂੰ ਸੁੱਖ ਸੀਣ ਪਰੋਣ ਦਾ ਕੰਮ ਕਰਿਆ ਕਰ ਤੇ ਮੈਂ ਘਰ ਦਾ ਕੰਮ ਕਰੂੰਗੀ, ਜਾਂ ਸੁੱਖ ਨਾਲ ਹੀ ਲਾਗੇ ਤਰਪਾਈ ਕਰਦੇ। ਹੁਣ ਕੁੜੀ ਸੂਟ ਵੀ ਸੀਣ ਡਈ, ਤਰਪਾਈਆਂ ਵੀ ਆਪ ਕਰਨ ਡਈ ਆ। ਕੀ ਹੋ ਗਿਆ ਮੰਮੀ, ਇੰਨਾ ਰੌਲਾ ਪਾਈ ਜਾਣ ਡੇ? ਛੱਡੋ ਗੱਲ ਦਾ, ਤੁਹਾਨੂੰ ਤਾਂ ਪਤਾ ਵਾ ਵੀ ਰੋਜ਼ ਦਾ ਹੀ ਕੰਮ ਵਾ। ਪੁੱਤ ਮੂੰਹ ਨੂੰ ਲਾਈ ਤੇ ਸਿਰ ਨੂੰ ਆਈ, ਉਹ ਗੱਲ ਹੋਈ ਆ ਤੇ ਜਿੱਦਾਂ ਦੇ ਹੁੰਦੇ ਵੀ ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਣ, ਤੇ ਉੱਥੋਂ ਵਹਿੰਦੀ ਰਹਿੰਦੀ ਉਹ ਬਿੱਲੀ ਵਾਂਗੂ, ਜਦੋਂ ਸਾਰਾ ਕੰਮ ਹੋ ਜਾਂਦਾ ਤੇ ਆਣ ਕੇ ਰੋਟੀ ਪਾ ਕੇ ਖਾ ਕੇ ਲੈ ਜਾਂਦੀ ਤੇ ਉਹਨੂੰ ਕੀ ਮੁਸ਼ਕਲ ਵਾ। ਚੱਲ ਦਵਿੰਦਰ, ਇਹੋ ਜਿਹੀਆਂ ਗੱਲਾਂ ਨਹੀਂ ਕਰੀ ਦੀ ਹੁੰਦੀ ਆਪਣੇ ਘਰ, ਰਘਵੀਰ ਨੂੰ ਪਤਾ ਲੱਗੂਗਾ, ਐਵੇਂ ਉਹਨੂੰ ਮਾੜਾ ਚੰਗਾ ਬੋਲੂਗਾ, ਮੁੜ ਕੇ ਫੇਰ ਉਹ ਆਪਣੇ ਪੇਕਿਆਂ ਨੂੰ ਭਾਜੂਗੀ ਜਾਂ ਹੋਰ ਕਿਸੇ ਨੂੰ ਰਿਸ਼ਤੇਦਾਰ ਨੂੰ ਫੋਨ ਕਰਕੇ ਦੱਸੂਗੀ ਵੀ ਮੈਨੂੰ ਇਦਾਂ ਆਂਦੇ ਆ, ਗੱਲ ਤੇ ਕੱਖ ਵੀ ਨਹੀਂ। ਤੇ ਫੇਰ ਡਰੀ ਜਾਓ, ਡਰੀ ਜਾਓ ਫੇਰ, ਨਹੀਂ ਡਰਨ ਵਾਲੀ ਡਰਨ ਵਾਲੀ ਨਹੀਂ ਗੱਲ ਹੈ। ਮੰਮੀ ਵੀਰ ਵੀ ਨਹੀਂ ਕੋਈ ਗੱਲ ਕਰਦਾ ਤਾਂ ਡੈਡੀ ਸਾਨੂੰ ਉਦਾਂ ਨਹੀਂ ਕੁਝ ਕਰਨ ਕਹਿਣ ਦਿੰਦਾ, ਉਹ ਤਾਂ ਮੇਰਾ ਨਹੀਂ ਜੀ ਕਰਦਾ। ਚੱਲ ਸੁੱਖ, ਆਪਾਂ ਨਹੀਂ ਕਹਿੰਦੇ ਇਹਨੂੰ ਅੱਜ, ਅੱਜ ਕੁਝ ਨਹੀਂ ਕਹਿੰਦੇ ਇਹਨੂੰ ਸ਼ਾਮਾਂ ਤੱਕ, ਭਲਾ ਵੇਨੇ ਆ ਵੀ ਉੱਠ ਕੇ ਕਰ ਲੈਂਦੀ ਕੰਮ। ਆਹੋ ਵੇਖ ਲੈਂਦੇ ਫੇਰ ਡੈਡੀ, ਤੇ ਨਾਲੇ ਖਾ ਲਿਓ ਟਾਈਮ ਨਾਲ ਰੋਟੀਆਂ ਆਉਂਦੀਆਂ ਪੱਕੀਆਂ। ਉਹ ਚੱਲ ਕੋਈ ਨਹੀਂ, ਕਰੂਗੀ ਕਰੂਗੀ ਕੋਈ ਨਹੀਂ, ਕਰਨਾ ਹੀ ਆ ਕੇ। ਇਦਾਂ ਹੀ ਕਰਦਿਆਂ ਕਰਦਿਆਂ 2 ਸਾਲ ਲੰਘਾਤੇ ਆ, ਕਰੂਗੀ ਅੱਜ ਕਰੂਗੀ ਕੱਲ ਨੂੰ ਕਰੂਗੀ ਕੰਮ, ਦੱਸ ਕਰਨਾ ਕਦੋਂ ਉਹਨੇ ਕੰਮ। ਪੁੱਤ ਹੁਣ ਨੌ ਧੀ ਆ, ਮੈਂ ਉਹਨੂੰ ਕੀ ਆਖਾਂ? ਤੇ ਫਿਰ ਸਾਡੀ ਗੱਲ ਦਾ ਵੀ ਅਸਰ ਕਰਿਆ ਕਰੋ ਨਾ, ਫਿਰ ਤੁਸੀਂ ਇੱਕੋ ਗੱਲ ਤੇ ਨਾ ਰਿਹਾ ਕਰੋ। ਪਰ ਮੈਨੂੰ ਇਹ ਮਨ ਤੇ ਹੁੰਦਾ ਮੈਂ ਤੇ ਝੂਠ ਬੋਲਦੀ ਤੇ ਕੁੜੀ ਝੂਠ ਬੋਲਦੀ ਆ, ਮੈਂ ਨਾ ਵੀ ਇਹ ਨਾ ਸਾਡੇ ਘਰ ਚ ਲੜਾਈ ਪੈ ਜੇ ਕੋਈ ਗੱਲ ਤੇ, ਗੱਲ ਤੇ ਕੱਖ ਵੀ ਨਹੀਂ, ਕਿਵੇਂ ਨਿੱਕੀ ਨਿੱਕੀ ਗੱਲਾਂ ਤੋਂ ਇੱਥੋਂ ਹੀ ਗੱਲਾਂ ਵੱਧ ਜਾਂਦੀਆਂ ਤੇ ਇੱਥੋਂ ਹੀ ਗਲੈਂਡ ਬਣ ਜਾਂਦੇ ਗੱਲਾਂ ਤੇ। ਮੈਨੂੰ ਤਾਂ ਲੱਗਦਾ ਵਾ ਡੈਡੀ ਤੇ ਵੀ ਸ਼ੱਕ ਪੈਂਦਾ ਈ ਓ, ਵੀ ਡੈਡੀ ਨੇ ਕਿਹਾ ਹੋਵੇ ਆਪਣੀ ਨੌਂ ਨੂੰ ਕਿ ਤੂੰ ਨੌਂ ਬੈਠੀ ਕਰ ਐਸ਼ ਤੇ ਮੈਂ ਇਹਨਾਂ ਮਾਵਾਂ ਧੀਆਂ ਕੋ ਕੰਮ ਕਰਾਇਆ ਕਰ। ਮੈਨੂੰ ਲੱਗਦਾ ਡੈਡੀ ਨੇ ਸਲਾਹ ਦਿੱਤੀ ਹੋਵੇ, ਨਹੀਂ ਇਹੋ ਜੀ ਤਾਂ ਹੀ ਤੇ ਸਾਡੀ ਸੁਣਦਾ ਨਹੀਂ ਇੱਕ ਵੀ। ਨਹੀਂ ਨਹੀਂ ਪੁੱਤ, ਮੈਂ ਇਦਾਂ ਨਹੀਂ, ਮੇਰਾ ਮਨ ਵਾ ਵੀ ਮੈਂ ਨੌਂ ਨੂੰ ਆਪਣੇ ਫੁੱਲਾਂ ਵਾਂਗੂ ਰੱਖਾਂ। ਚਲੋ ਇਹ ਵੀ ਕੰਮ ਤੇ ਕਰਨਾ ਹੀ ਹੈ ਜਿਹੜਾ ਕਰਦੇ, ਕੰਮ ਉਹ ਕਰਨੇ ਕਰਨੇ। ਨੌਂ ਨੂੰ ਫੁੱਲਾਂ ਵਾਂਗੂ ਰੱਖਾਂ ਤੇ ਧੀ ਨੂੰ ਵੀ ਫੁੱਲਾਂ ਵਾਂਗੂ ਰੱਖਾਂ ਤੇ ਕੰਮ ਕਰ ਲਈ ਨੂੰ ਰੱਖਾਂ, ਪਰ ਮੈਂ ਨਾ ਵੀ ਤੂੰ ਕੰਮ ਕਰੇਗੀ ਤੇ ਗੜੀ ਆਪਣੇ ਘਰ ਜਾ ਕੇ ਕੰਮ ਕਰ ਲੇਗੀ। ਮੈਂ ਵੀ ਭਾਬੀ ਵਾਂਗੂ ਬਹਾਨੇ ਮਾਰ ਲਿਆ ਕਰੂੰਗੀ ਜੇ ਉਹਦਾ ਸਾਥ ਮੈਂ ਵੀ ਸਾਥ ਲਿਆ। ਸੁੱਖ ਖਾਣ ਦਾ ਲਾਡ ਹੁੰਦਾ ਵਾ, ਹੰਡਾਉਣ ਦਾ ਲਾਡ ਹੁੰਦਾ ਵਾ, ਮਨ ਸਵੰਨਾ ਖਾਣ ਨੂੰ ਦੇਈਦਾ, ਮਨ ਸਵੰਨਾ ਕੱਪੜਾ ਲਿਆ ਕੇ ਦੇਦਾ, ਹੋਰ ਕੀ ਹੁੰਦਾ ਲਾਡ। ਕੰਮ ਤੇ ਚੱਲ ਮਾੜਾ ਮੋਟਾ ਆਪਣੇ ਘਰ ਦਾ ਕਰਨਾ ਹੀ ਆ, ਝਾੜੂ ਫੇਰ ਲਿਆ, ਰੋਟੀਆਂ ਪਕਾ ਲਈਆਂ, ਕੱਪੜੇ ਧੋਲੇ, ਹੋਰ ਕਿਹੜਾ ਕੰਮ ਆ। ਚੱਲ ਤੁਸੀਂ ਕਰੋ ਗੱਲਾਂ ਬਾਤਾਂ, ਮੈਨੂੰ ਭੁੱਖ ਲੱਗੀ, ਮੈਂ ਖਾ 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 ਮੇਰਾ ਪੁੱਤ, ਖਾ ਖਾ ਮੇਰਾ ਪੁੱਤ, ਕੋਈ ਗੱਲ ਨਹੀਂ ਗਿਆ ਕੀ ਗੱਲਾਂ ਨਾ ਵਧਾਈ। ਲੈ ਹੁਣ ਰੋਟੀ ਮੁੱਕ ਗਈ ਆ, ਹੁਣ ਬਾਹਰ ਕਿੱਦਾਂ ਜਾਵਾਂ? ਗੋੜੇ ਗੋੜੇ ਮੰਮੀ ਡੈਡੀ ਨੂੰ ਸਿਖਾ ਲੈਂਦੀ, ਮੈਂ ਵੀ ਡੈਡੀ ਇੰਨਾ ਚੰਗਾ ਵਾ ਨਾ, ਕਦੇ ਨਹੀਂ ਮਾੜੀ ਚੰਗੀ ਆਖੀ, ਦੋ ਰੋਟੀਆਂ ਖਾ ਲਈਆਂ ਫਿਰ ਕੀ ਹੋ ਗਿਆ, ਰੋਟੀਆਂ ਦੀ ਵੀ ਗਾਂਚ ਕਰ ਦਿੱਤੀ ਸਾਡੀ ਮੰਮੀ ਨੇ, ਵਿਹਲੇ ਬੇਟੇ ਨੂੰ ਰੋਟੀਆਂ ਵੀ ਨਹੀਂ ਕਿਤੇ ਪਚਣ ਦੇਣੀਆਂ ਹੁੰਦੀਆਂ, ਜੇ ਦੋ ਖਾ ਹੀ ਲਈਆਂ ਵਾ ਤੇ ਲੈ ਕੇ ਆਵਾਂ, ਮੈਨੂੰ ਕੁਛ ਬਣਨਾ ਪੈਣਾ। ਸੁੱਖ, ਹਾਂਜੀ ਭਾਬੀ ਜੀ, ਤੇਰੇ ਹੱਥ ਸੁੱਚੇ ਹੀ ਆ ਨਾ? ਹਾਂਜੀ ਸੁੱਚੇ ਹੀ ਆ। ਇਦਾਂ ਹੀ ਦੋ ਰੋਟੀਆਂ ਰੱਖਾਂ ਇੱਥੇ। ਦੋ ਹੋਰ ਆਦਾ ਭਾਬੀ ਜੀ? ਨਹੀਂ ਨਹੀਂ ਬਣੀਆਂ, ਮੈਂ ਦੋ ਮੈਂ ਅੱਗੇ ਖਾ ਲਈਆਂ ਸੀ। ਨਹੀਂ ਖਾ ਲਓ ਫਿਰ ਕੀ, ਏਡੇ ਜਵਾਨ ਜਾਨ ਜੀ, ਤੁਹਾਨੂੰ ਆ ਦੋ ਚਾਰ ਫੁਲਕੇ ਕੀ ਕਹਿੰਦੇ ਆ? ਕੋਈ ਗੱਲ ਨੀ, ਜੇ ਮੈਨੂੰ ਲੋੜ ਹੋਊਗੀ ਮੈਂ ਫੇਰ ਲੈ ਲੂੰਗੀ, ਤੈਨੂੰ ਆਵਾਜ਼ ਦੇ ਦੂੰਗੀ। ਮੈਂ ਤੇ ਆਖਿਆ ਚਲ ਵੱਧ ਖਾ ਲੈਂਦੇ ਰੋਟੀ, ਤੇ ਰੋਟੀ ਦੇ ਭਾਰ ਨਾਲ ਤੁਹਾਡੇ ਸਿਰ ਪੀੜ ਥੱਲੇ ਨੱਪੀ ਜਾਣੀ ਸੀ ਤੇ ਹਟ ਜਾਣੀ ਸੀ। ਅੱਜ ਕੋਈ ਗੱਲ ਨੀ, ਸਿਰ ਪੀੜ ਤਾਂ ਆਪਾਂ ਗੋਲੀ ਨੇ ਹਟ ਜਾਣੀ ਆ, ਰੋਟੀ ਵੀ ਖਾਣੀ ਜ਼ਰੂਰੀ ਹੈ ਨਾ, ਨਹੀਂ ਤੇ ਫਿਰ ਵੀਕਨੈਸ ਆ ਜਾਂਦੀ ਸਰੀਰ ਨੂੰ। ਆਹੋ ਇਹ ਵੀ ਗੱਲ ਹੈਗੀ, ਜੇ ਤੁਹਾਡੇ ਫਿਰ ਜ਼ਿਆਦਾ ਆਉਣੀ ਨਾ ਬੈਠੇ ਆ।
ਹਾਏ ਭਾਬੀ ਦਾ ਵੀ ਕੁਛ ਹਾਲ ਨਹੀਂ ਆ। ਦੋ ਪਹਿਲਾਂ ਖਾ ਗਈ, ਦੋ ਹੁਣ ਚਾਰ ਰੋਟੀਆਂ ਹੋ ਗਈਆਂ। ਬੈਠੀ ਨੇ ਇਹਨੂੰ ਪਚ ਕਿੱਦਾਂ ਜਾਂਦੀਆਂ ਵੀ ਇੰਨੀਆਂ ਰੋਟੀਆਂ? ਰੱਬ ਹੀ ਜਾਣਦਾ ਜੀ। ਖਾ ਲੈ ਰੋਟੀ ਖਾਣਾ ਹੁਣ। ਖਾ ਲੈ ਮੇਰਾ ਪੁੱਤ ਰੋਟੀ। ਮੈਂ ਖਾ ਕੇ ਤੇ ਫਿਰ ਸੂਟ ਵੀ ਸੀਨਾ, ਮੈਂ ਪੂਰਾ ਕਰਦਾ। ਸੀਰਾ ਸੀਰਾ ਸੂਟ ਕੋਈ ਗੱਲ ਨੀ, ਐਡਾ ਵੀ ਕੋਈ ਜ਼ਰੂਰੀ ਨੀਗਾ। ਸੂਟ ਰੋਟੀ ਖਾ ਕੇ ਘੜੀ ਰੈਸਟ ਕਰ ਤੇ ਫਿਰ ਸੀ ਜੂਗਾ। ਨਹੀਂ, ਉਹਨੂੰ ਪੂਰਾ ਕਰਦਾ। ਮੁੜ ਕੇ ਕਿਤੇ ਭਾਬੀ ਨੇ ਜਾਣਾ ਨਾ ਹੋਇਆ ਤੇ ਫਿਰ ਉਹਨੇ ਕਹਿਣਾ ਮੇਰਾ ਸੂਟ ਜਾਣ ਕੇ ਨਹੀਂ ਸੀਤਾ ਇਹਨੇ। ਦਵਾਈ ਦੁਈ ਲੈਣ ਨਾ ਜਾਣਾ ਹੋਵੇ ਤੇ ਨਵਾਂ ਸੂਟ ਪਾ ਕੇ ਜਾਣਾ, ਐਡਾ ਡਰ ਪਿਆ ਭਾਬੀ ਦਾ। ਤੂੰ ਖਾ ਕੇ ਰੋਟੀ ਤੇ ਲੰਮੀ ਪਾਉ ਮੇਰੇ। ਪਤਾ ਕੀ ਗੱਲ ਆ, ਸਾਡੇ ਘਰ ਦੀ ਆ ਨੌਂਹ ਧੀ, ਕੋਈ ਨਾ ਕੋਈ ਰਿਸ਼ਤੇਦਾਰ, ਕੋਈ ਭੈਣ ਭਰਾ ਬਾਹਰ ਟੱਕਰ ਪੈਂਦਾ ਵਾ ਤੇ ਸੋਹਣੇ ਲੀੜੇ ਪਾ ਕੇ ਜਾਊਗੀ, ਸੋਹਣੀ ਲੱਗੂਗੀ। ਚੱਲ ਸੀਂਦੇ ਫੇ ਕੋਈ। ਵੀਰ ਨਹੀਂ ਆਇਆ ਅਜੇ ਬਾਹਰੋਂ? ਆਇਆ ਨਹੀਂ ਅਜੇ ਪੁੱਤ, ਕੋਈ ਨਹੀਂ ਆ ਜਾਂਦਾ। ਆਉਣੀ ਆ ਹਾਏ, ਤੇ ਉਹਨੇ ਵੀ ਵਿਚਾਰੇ ਨੇ ਰੋਟੀ ਖਾਣੀ ਸੀ ਅਜੇ। ਤੇ ਕੋਈ ਨਹੀਂ, ਆਉਂਦਾ ਵਾ ਤੇ ਨਾਲੇ ਅਸੀਂ ਖਾ ਲਾਂਗੇ, ਨਾਲੇ ਉਹਨੂੰ ਫੜਾ ਦਿੰਨੇ। ਆਹੋ ਚੱਲ, ਨਾਲੇ ਜਿਹਦੀ ਜ਼ਿਆਦਾ ਜ਼ਰੂਰੀ ਉਹਨੇ ਤਾਂ ਖਾ ਹੀ ਲਈ ਆ। ਵੀਰ ਦੀ ਕੋਈ ਗੱਲ ਨਹੀਂ, ਉਹਨੇ ਲੇੜ ਲਿਆ ਸ਼ਾਮਾਂ ਤੱਕ ਬੰਨੇ, ਰਾਤ ਨੂੰ ਪੱਕਣਗੀਆਂ ਤੇ ਫੇਰ ਵੇਖੀ ਜੀ, ਜੇ ਦੁਪਹਿਰੇ ਕੋ ਚੌਲ ਚਾਲ ਬਣਨਗੇ ਤੇ ਫੇਰ ਖਾ ਲੈਣੇ ਉਹਨੇ। ਆਹੀ ਦੀ ਗੱਲ ਵਾ। ਤੇ ਦੁੰਦਰ ਢੇਡ ਨਾ ਵੈਰ ਵਾ ਕੋਈ? ਨਹੀਂ ਵੈਰ ਨਹੀਂ ਗਾ, ਅਸੀਂ ਆਪ ਆਵਾਜ਼ ਮਾਰ ਕੇ ਫੜਾ ਦਾਂਗੇ ਉਹਨੂੰ ਜੇ ਚੌਲ ਬਣਾਵਾਂਗੇ ਨਾ ਦੁਪਹਿਰੇ, ਅਸੀਂ ਆਪ ਫੜਾ ਦਾਂਗੇ। ਢੇਡ ਨਾ ਕਾਹਦਾ ਵੈਰ ਵਾ, ਤੁਸੀਂ ਕਿਉਂ ਗੁੱਸੇ ਹੁੰਦੇ ਆ? ਸਾਡੀ ਨੌਂਹ ਧੀ ਆ, ਕੋਈ ਨਹੀਂ ਆਵਾਜ਼ ਮਾਰਨੀ। ਚਲੋ ਠੀਕ ਗੱਲ ਵਾ, ਮਾੜੀ ਗੱਲ ਥੋੜੀ ਆ। ਠੀਕ ਆ ਜਿੱਦਾਂ ਤੁਸੀਂ ਕਹਿੰਦੇ ਉਦਾਂ ਸਹੀ। ਆ ਗਿਆ ਪੁੱਤ? ਹਾਂਜੀ ਬੈਠੇ, ਆ ਜਾ ਬੈਠੇ, ਇੱਥੇ ਬਹੁ, ਮੈਂ ਪਾਣੀ ਲਿਆ। ਪੱਠੇ ਪੱਠੇ ਲੈ ਜਾਣੀ, ਪਾਣੀ ਲਿਆ ਪਹਿਲਾਂ। ਨਹੀਂ ਨਹੀਂ ਪਾਣੀ ਨਹੀਂ ਪੀਣਾ। ਹਾਂ ਛਿਟਾ ਆ ਗਈਆਂ ਉਹ ਦਿਵਾਲੀ ਦਾ ਲੱਥਾ ਸੀ ਤੇ ਉਹ ਇਹ ਠੰਡਾ ਹੋ ਗਿਆ ਇਹ ਦਿਨਾਂ। ਬੜੀ ਗਰਮੀ ਲੱਗਦੀ, ਬਹੁਤ ਮੱਤ ਵੱਜੀ ਰਹੀ। ਕੱਲ ਪਰਸੋਂ ਦੀ ਇੱਕ ਰਾਤ ਬੱਤੀ ਨਹੀਂ ਆਈ, ਉਹਨੇ ਕਿੰਨਾ ਪਰੇਸ਼ਾਨ ਕਰ ਛੱਡਿਆ। ਬੱਤੀ ਨੇ ਪਖੰਡ ਫੜਿਆ ਵਾ, ਮੀਂਹ ਹਜੇ ਲਾਹੌਰ ਹੁੰਦਾ ਵਾ, ਬੱਤੀ ਪਹਿਲਾਂ ਬੰਦ ਕਰ ਦਿੰਦੇ ਹੋ ਜਾਂਦੀ ਆ। ਜਾਂ ਪਾਣੀ ਲਿਆ ਦੇ। ਨਹੀਂ ਅੰਦਰ ਨਹੀਂ ਨਹੀਂ, ਪਾਣੀ ਮੈਂ ਮੰਮੀ ਨੂੰ ਪੀ ਕੇ ਤੁਰਿਆ ਹਾਂ। ਮੂੰਹ ਹੱਥ ਧੋ ਤੇ ਫਿਰ ਤੂੰ ਰੋਟੀ ਖਾ ਤੇ ਆਪਾਂ ਵੀ ਖਾਣੀ ਡੀਕਣ ਡਏ ਆ। ਅੱਛਾ ਖਾਣੀ ਤੁਸੀਂ ਹਜੇ? ਹਜੇ ਖਾਣੀ ਹੈ ਨਹੀਂ। ਕੋਈ ਧੋ ਲਈ ਨਾ। ਆਹੋ ਤੇ ਬਲਜੀਤ? ਬਲਜੀਤ ਤੇ ਆ ਅੰਦਰ ਵਾ। ਅੱਛਾ ਖਾ ਲਈ ਰੋਟੀ ਉਹਨੇ? ਹਾਂ ਉਹਨੇ ਰੋਟੀ ਵੀ ਖਾ ਲਈ, ਦਵਾਈ ਵੀ ਖਾ ਲਈ। ਦਵਾਈ ਪਤਾ ਨੀ ਆਂਦੀ, ਮੇਰੇ ਸਿਰ ਪੀੜ ਹੋਣ ਡਈ ਸਵੇਰੇ ਉੱਠਦੇ ਆਂ। ਹੁਣ ਸਗੋਂ ਆਖਣ ਡਈ ਮੈਂ ਰੋਟੀ ਖਾ ਕੇ ਕੰਮ ਕਰਦੀ, ਤੇ ਅਸੀਂ ਆਖਿਆ ਵੀ ਕੰਮ ਤਾਂ ਸਾਰਾ ਹੋ ਗਿਆ, ਕੋਈ ਨੀ ਤੂੰ ਹੁਣ ਲੰਮੀ ਪੋ ਰੋਟੀ ਖਾ ਕੇ। ਚੱਲ ਮੰਮੀ ਮੂੰਹ ਹੱਥ ਮੈਂ ਬਾਅਦ ਚ ਧੋਣਾ, ਪਹਿਲਾਂ ਮੈਂ ਉਹਦਾ ਪਤਾ ਲੈਣਾ। ਆਹ ਲੱਲਾ ਲੱਲਾ ਪਤਾ ਪੁੱਤ, ਪਤਾ ਲੈਣਾ ਜ਼ਰੂਰੀ ਆ, ਵਿਚਾਰੀ ਹੁਣ ਠੀਕ ਨਹੀਂ ਰਹਿੰਦੀ। ਹੁਣ ਮੁੰਡਾ ਵਿਚਾਰਾ ਕੀ ਕਰੇ, ਮੁੰਡਾ ਤੇ ਆ ਗਿਆ ਲੱਕੋਂ ਪਾਏ। ਹੁਣ ਜੇ ਬੁੱਢੀ ਦਾ ਪਤਾ ਨਾ ਲਵੇ ਤਾਂ ਵੀ ਔਖੀ ਹੋ ਜਾਣੀ ਨਾ, ਗੱਲ ਮੰਨਣੀ ਪੈਣੀ ਆ। ਨਹੀਂ ਪਤਾ ਤਾਂ ਲੈ ਵੀ ਚਾਹੀਦਾ ਵਾ ਕਿ। ਆਹੋ ਚੱਲ ਕੋਈ, ਅਜੇ ਘਰ ਦੇ ਪਤਾ ਲੈਣ ਦੇ, ਮੁੜ ਕੇ ਇਹ ਨਾ ਬਾਹਰੋਂ ਪਤਾ ਲੈਣ ਵਾਲੇ ਆ ਜੇ। ਬਾਹਰੋਂ ਕਹਿੰਦੇ ਦੱਸਾਂਗੇ, ਨਹੀਂ ਤਗੜੀ ਦਿੰਦੀ ਤਾਂ ਹੀ ਪਤਾ ਲੈਣਾ, ਘਰ ਦੀ ਘਰੇ ਰੱਖਣੀ, ਗੱਲ ਬਾਹਰ ਨਹੀਂ ਕੱਢਣੀ, ਹੋਰ ਤਮਾਸ਼ਾ ਲਾਉਣਾ। ਚੁੱਪ ਕਰ ਦੇ, ਚੁੱਪ ਕਰ, ਚੁੱਪ ਹੀ ਆ ਕੇ। ਬਲਜੀਤ? ਹਾਂਜੀ ਮੰਮੀ ਆਖਣ ਠੀਕ ਨਹੀਂ, ਕੀ ਗੱਲ ਹੋ ਗਈ ਆ? ਕਿਉਂ ਮੈਨੂੰ ਕੀ ਹੋਇਆ? ਮੰਮੀ ਨੇ ਠੀਕ ਨਹੀਂ, ਉਹਨੇ ਦਵਾਈ ਖਾਧੀ? ਮੈਂ ਸਿਰ ਪੀੜ ਹੋਣ ਦੀ ਉਹ ਦਵਾਈ ਖਾਧੀ ਆ, ਸਿਰ ਪੀੜ ਤੇ ਆਮ ਹੀ ਹੁੰਦੀ ਰਹਿੰਦੀ ਆ। ਬੁਖਾਰ ਬੁਖੂਰ ਤਾਂ ਨਹੀਂ ਗਾ? ਨਹੀਂ ਬੁਖਾਰ ਤਾਂ ਨਹੀਂ ਗਾ। ਨਹੀਂ ਨਹੀਂ ਸਿਰ ਪੀੜ ਕਿਹੜੀ ਦਿਖਣੀ ਆ ਬਾਹਰੋਂ ਦੀ? ਕੋਈ ਨਾ ਰੋਟੀ ਖਾ ਲਾ ਤਾਂ ਆਪਾਂ ਦਵਾਈ ਲੈ ਆਈਏ ਯਾਰ ਨਹੀਂ ਦੇ। ਨਹੀਂ ਨਹੀਂ ਮੈਂ ਗੋਲੀ ਖਾ ਲਈ ਆ। ਨਹੀਂ ਵੇਖ ਲਾ ਕੋਈ ਚਾਹੀਦੀ ਡਾਕਟਰ ਨੂੰ ਖਾ ਕੇ ਲੈ ਆਉਂਦੇ ਆ। ਨਹੀਂ ਮੈਂ ਜਾਣਾ ਹੋਏ ਨਾ, ਤਾਂ ਰੋਟੀ ਖਾ ਕੇ ਨਾ ਲੰਮੀ ਪੈ ਜਾ ਫਿਰ। ਨਹੀਂ ਮੈਂ ਕੋਈ ਨੀ ਲੰਮੀ ਪੈ ਜਾਣਾ, ਤੁਸੀਂ ਨਾ ਟੈਂਸ਼ਨ। ਹੋਰ ਕੋਈ ਚਾਹੀਦਾ ਤਾਂ ਦੂਜਾ ਪੀਣਾ ਮੈਂ ਲੈਦਾ। ਨਹੀਂ ਨਹੀਂ ਮੈਂ ਠੀਕ ਆ, ਕੋਈ ਜੂਸ ਪੀਣਾ ਹੋਗਾ ਸ਼ਾਮਾਂ ਨੂੰ ਪੀਣ ਚੱਲਾਂਗੇ ਹਰ ਚਵਾਲੀ। ਚੱਲ ਠੀਕ ਹੈ, ਦੱਸ ਰਹੀ ਮੈਨੂੰ ਫਿਰ। ਨਹੀਂ ਉੱਥੇ ਪੀਵਾਂਗੇ ਨਾਲ ਗੋਲ ਗੱਪੇ ਖਾਵਾਂਗੇ। ਚੱਲ ਠੀਕ ਹੈ, ਤੇ ਮੈਂ ਮੂੰਹ ਤੋਂ ਫਿਰ ਮੈਂ ਵੀ ਰੋਟੀ ਖਾ ਲੂੰਗਾ। ਚੱਲ।